ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ? ਤੁਹਾਡਾ ਸਾਰਿਆਂ ਦਾ ਸਵਾਗਤ ਆ ਸਾਡੇ ਯੂਟਿਊਬ ਚੈਨਲ ਗੁਰਸੀਰਤ ਚੀਮਾ 'ਤੇ। ਅੱਜ ਅਸੀਂ ਫਿਰ ਕਿਤੇ ਘੁੰਮਣ ਚੱਲੇ ਹਾਂ ਅਤੇ ਅੱਜ ਅਸੀਂ ਫਿਰ ਸੈਲੀਬ੍ਰਿਟੀ ਨਾਲ ਮਿਲਣ ਚੱਲੇ ਹਾਂ। ਕਿਸੇ ਸੈਲੀਬ੍ਰਿਟੀ ਨਾਲ ਉਹ ਤੁਹਾਨੂੰ ਅਸੀਂ ਬਾਅਦ 'ਚੋਂ ਦੱਸਾਂਗੇ। ਅਤੇ ਅਸੀਂ ਦੋਨੋਂ ਤਿਆਰ ਹੋ ਚੁੱਕੇ ਹਾਂ, ਮੰਮਾ ਪਾਪਾ ਹਾਲੇ ਤਿਆਰ ਹੋ ਰਹੇ ਨੇ। ਮੈਚਿੰਗ ਹਾਂਜੀ, ਅਸੀਂ ਦੋਨਾਂ ਨੇ ਮੈਚਿੰਗ ਡਰੈਸ ਪਾਈਆਂ ਨੇ, ਵੇਖੋ ਸੇਮ ਸੇਮ। ਅਤੇ ਅਸੀਂ ਹੁਣ ਅਸੀਂ ਤਾਂ ਤਿਆਰ ਹੋ ਚੁੱਕੇ ਹਾਂ ਅਤੇ ਮੰਮਾ ਪਾਪਾ ਵੀ ਥੋੜ੍ਹੀ ਦੇਰ 'ਚ ਤਿਆਰ ਹੋਣ ਵਾਲੇ ਨੇ। ਇੱਥੇ ਪਾਪਾ ਵੀ ਹੋ ਚੁੱਕੇ ਨੇ ਰੈਡੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ? ਕਿੱਦਾਂ, ਠੀਕ ਠਾਕ ਹੋ ਸਾਰੇ? ਆਪਾਂ ਦੇ ਸਾਰੇ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਠਾਕ ਹਾਂ। ਸੋ ਅੱਜ ਫਿਰ ਘੁੰਮ ਫਿਰ ਕੇ ਆਈਏ ਕਿਤੇ, ਅੱਜ ਛੁੱਟੀ ਹੈ ਅਤੇ ਛੁੱਟੀ ਵਾਲੇ ਦਿਨ ਚਿੱਲ ਕਰਾਂਗੇ। ਚਿੱਲ ਆਪਾਂ ਫਤਿਹ ਨੂੰ ਚਿੱਲ ਮੋੜ 'ਤੇ ਲੈ ਕੇ ਜਾਵਾਂਗੇ, ਇੰਜੋਏ ਕਰਿਆ। ਦੱਸਾਂ ਵੀ ਕਿੱਦਾਂ ਹਰ ਲੱਗ ਰਿਹਾ ਵੀ ਵਾਈਟ ਸ਼ਰਟ ਪਾ ਕੇ? ਪਾਪਾ ਜੀ ਪਾਪਾ ਸੋਹਣੇ ਲੱਗਦੇ ਨੇ ਵਾਈਟ ਸ਼ਰਟ। ਪਾਪਾ ਜੀ ਪਹਿਲਾਂ ਹੀ ਲੈਂਦੀ ਸੀ ਕਿਉਂਕਿ ਨਾ ਮਾੜੀ ਜਿਹੀ ਬਾਹਰ ਨਿਕਲੀ ਸੀ ਇੱਥੋਂ ਤੇ ਮੈਂ ਅੰਦਰ ਕਰਤੀ। ਚਲੋ ਲੈਟਸ ਮੂਵ ਗਾਇਸ, ਲੇਟ ਹੋ ਗਿਆ ਬਹੁਤ ਜ਼ਿਆਦਾ। ਤੇ ਮੰਮਾ ਇੱਥੇ ਸਟੋਰ ਦੇ ਵਿੱਚ ਮੰਮਾ ਕੀ ਕਰ ਰਹੇ ਹੋ? ਮਾਸਕ ਲੱਭ ਰਹੀ ਹਾਂ ਤੁਹਾਡੇ। ਅੱਛਾ ਹਾਂ, ਬਸ ਮੈਂ ਇਹਨਾਂ ਦੇ ਮਾਸਕ ਲੈ ਲਵਾਂ। ਨਵੇਂ ਮਾਸਕ ਨਵੇਂ ਲੈ ਰਹੀ ਹਾਂ, ਨਵੇਂ ਲੈ ਰਹੀ ਹਾਂ। ਡੋਰੇਮੋਨ ਵਾਲਾ ਮੇਰਾ ਨਵੇਂ ਲਏ ਨੇ। ਮੇਰਾ ਵੀ ਦੂਜਾ, ਮੇਰਾ ਵੀ ਦੂਜਾ ਦਿਓ। ਵੇਟ ਫਤੇ ਵੇਟ, ਚਲੋ ਚੱਲੀਏ। ਚਲੋ ਚਲੋ ਚਲੋ, ਅਸੀਂ ਹੁਣ ਚੱਲੇ ਹਾਂ। ਮੰਮਾ ਬਸ ਆਉਣ ਲੱਗੇ ਨੇ ਸਾਡੇ ਮਾਸਕ ਲੈ ਕੇ ਅਤੇ ਅਸੀਂ ਆਪਣੀ ਪਾਣੀ ਦੀ ਬੋਟਲਸ ਚੱਕ ਲਈ। ਫਤਿਹ ਆਪਣੀ ਬੋਟਲ ਚੱਕ ਲੈ, ਚਲੋ। ਅਤੇ ਹੁਣ ਪਾਪਾ ਗੱਡੀ ਕੱਢ ਲੈਣ ਅਤੇ ਹਾਲੇ ਗੇਟ ਵੀ ਖੋਲ੍ਹਣਾ ਹੈ। ਫਟਾਫਟ ਕਰੋ ਬਈ। ਗਾਈਜ਼ ਹੁਣ ਅਸੀਂ ਪਹੁੰਚ ਚੁੱਕੇ ਹਾਂ ਮੋਹਾਲੀ ਤੇ ਹੋ ਗਏ ਹਾਂ ਲੇਟ। ਟ੍ਰੈਫਿਕ ਸੀ ਬਹੁਤ ਜ਼ਿਆਦਾ, ਇਹ ਵਾਰੀ ਲੇਟ ਹੋ ਜਾਂਦੇ, ਥੋੜ੍ਹਾ ਜਿਹਾ ਰਹਿ ਗਿਆ ਬਸ ਪਹੁੰਚਣ ਵਾਲੇ ਹਾਂ। ਹਰ ਵਾਰੀ ਲੇਟ ਹੀ ਹੋ ਜਾਂਦਾ ਕਿ ਟ੍ਰੈਫਿਕ ਬਹੁਤ ਜ਼ਿਆਦਾ, ਪੂਰਾ ਇੱਕ ਘੰਟਾ ਲੇਟ ਹੋ ਗਿਆ, ਬਹੁਤ ਜ਼ਿਆਦਾ ਟ੍ਰੈਫਿਕ ਸੀ। ਕਿਧਰੇ ਕਿਧਰੇ ਜਾਮ ਲੱਗਿਆ, ਕਿਤੇ ਸੜਕਾਂ ਬਣ ਰਹੀਆਂ ਨੇ, ਕਿਧਰੇ ਕੁਛ ਕਿਧਰੇ ਕੁਛ। ਚੰਡੀਗੜ੍ਹ ਫਲੈਟ ਲੈਣਾ, ਪਿੰਡ ਵਧੀਆ, ਮਜ਼ੇਦਾਰ ਚੀਜ਼ ਆ ਆਪਣਾ ਆਪਣੇ ਜੀ ਸਾਰੇ ਚੰਡੀਗੜ੍ਹ ਬੇਟਾ, ਸ਼ਹਿਰਾਂ 'ਚ ਬੜਾ ਔਖਾ ਹੁੰਦਾ। Continue for 800 meters. ਜਦੋਂ ਸਟਾਰ ਬਣਾਉਂਗੇ ਫਿਰ ਲਵਾਂਗੇ ਚੰਡੀਗੜ੍ਹ ਵੀ, ਠੀਕ ਹੈ? ਤੁਸੀਂ ਲਿਓ ਨਾ ਵੱਡੇ ਹੋ ਕੇ ਚੰਡੀਗੜ੍ਹ ਫਲੈਟ, ਠੀਕ ਹੈ? ਫਿਰ ਉਹ ਕਿੱਥੇ ਜਾਣਾ ਤਾਂ ਕੀ ਕਰੇਗਾ? 600 meters, turn right to stay on. ਕਿੱਥੇ ਜਾਣਾ? Metro Sohan about the Metro Link Road. ਦੁਬਈ ਨਹੀਂ ਆ, ਦੁਬਈ ਜਾਣਾ ਹੈ। ਸਾਡੀ ਗੱਡੀ ਅੱਜ ਮੱਖੀਆਂ ਬੜੀਆਂ ਵੜ ਗਈਆਂ, ਇਹਨਾਂ ਨੇ ਪੂਰੇ ਰਸਤੇ ਸਾਨੂੰ ਦੁਖੀ ਕਰਕੇ ਰੱਖਿਆ ਹੋਇਆ ਹੈ। ਮਸਾਣੇ ਤੋਂ ਚੰਡੀਗੜ੍ਹ ਦਾ ਸਫ਼ਰ ਕਰ ਲਿਆ ਤੇ ਹੁਣ ਚੰਡੀਗੜ੍ਹ ਛੱਡ ਕੇ ਜਾਵਾਂਗੇ ਮੱਖੀਆਂ ਨੂੰ। ਆਪਾਂ ਪਹੁੰਚ ਕੇ ਫਿਰ ਕਰਦੇ ਹਾਂ ਤੁਹਾਡੇ ਨਾਲ ਗੱਲਾਂ। ਸਾਡਾ ਗੂਗਲ ਮੈਪ ਵੀ ਸਾਨੂੰ ਰਸਤਾ ਦਿਖਾ ਰਿਹਾ ਹੈ। ਆਵਾਂਗੇ ਤੁਹਾਨੂੰ ਕਿਤੇ ਕੋਲ ਚੱਲੇ ਆ, ਕਿੰਨੂੰ ਮਿਲਣ ਚੱਲੇ ਆ ਆਪਾਂ, ਪਹੁੰਚ ਕੇ ਦੱਸ। 600 meters, continue straight. ਲੋ ਜੀ ਗਾਇਜ਼, ਅਸੀਂ ਹੁਣ ਪਹੁੰਚ ਚੁੱਕੇ ਹਾਂ ਹੋਮਲੈਂਡ, ਜਿੱਥੇ ਵੱਡੇ ਵੱਡੇ ਸਾਰੇ ਸਟਾਰ ਹੀ ਰਹਿੰਦੇ ਆ। ਅਸੀਂ ਉੱਥੇ ਪਹੁੰਚ ਗਏ ਅੱਜ। ਚਲੋ ਜੀ ਸਾਰੇ ਸਿੰਗਰ ਸਾਰੇ ਸਟਾਰ ਇੱਥੇ ਰਹਿੰਦੇ ਆ, ਮੇਨ ਮੇਨ ਹੈ ਨਾ, ਆਲਮੋਸਟ ਸਾਰੇ ਸਿੰਗਰ ਜ਼ਿਆਦਾਤਰ ਇੱਥੇ। ਹੁਣ ਕੁਛ ਹੋਰ ਵੀ ਇੱਕ ਦੋ ਵਧੀਆ ਸੁਸਾਇਟੀਆਂ ਨੇ ਉੱਥੇ ਵੀ ਰਹਿੰਦੇ ਨੇ ਸਾਰੇ। ਮੋਹਾਲੀ 'ਚ ਹੋਮਲੈਂਡ ਦਾ ਸਾਰੇ ਗਾਣਿਆਂ ਦੀ ਤੁਸੀਂ ਵੇਖਦੇ ਹੋ ਜ਼ਿਕਰ ਹੁੰਦਾ ਹੈ ਨਾ। ਹੋਮਲੈਂਡ ਆਏ ਹਾਂ ਹੁਣ, ਇੱਥੇ ਕਿਹਨੂੰ ਮਿਲਣਾ ਵਿਖਾਉਂਦੇ ਹਾਂ ਤੁਹਾਨੂੰ ਹੁਣ ਪਹੁੰਚ ਕੇ ਉਹਨਾਂ ਦੇ ਕੋਲ। ਤੁਸੀਂ ਪਹਿਲੀ ਤੂੰ ਕਰ ਲੱਗ ਗਿਆ ਗਾਈਜ਼, ਅਸੀਂ ਪਹੁੰਚ ਚੁੱਕੇ ਹਾਂ, ਕਿੱਥੇ ਪਹੁੰਚ ਗਏ ਵਿਖਾ ਦਿੰਦੇ ਹਾਂ ਤੁਹਾਨੂੰ ਹੁਣੇ। ਸ਼ਿਪਰਾ ਗੋਇਲ ਮੈਮ ਹੋਰਾਂ ਦੇ ਕੋਲ ਅਤੇ ਮੈਮ ਨਾਲ ਵੀ ਮਿਲਾਵਾਂਗੇ ਤੁਹਾਨੂੰ ਹੁਣੇ। ਉਹਨਾਂ ਦਾ ਪਿਆਰਾ ਪਿਆਰਾ ਡੋਗੀ ਸਿਆਣਾ ਪੂਰਾ ਗੱਲ ਮੰਨਦਾ, ਇਹਨੂੰ ਚੁੱਕ ਕੇ ਬੈਗ 'ਚ ਪਾਓ, ਫਿਰ ਇਹਨੂੰ ਪਾਓ ਬੈਗ 'ਚ ਪਹਿਲਾਂ। ਇਹ ਆਪਣਾ ਨੰਦਾ ਵੀਰ ਜੀ ਡਿਜੀਟਲ, ਸੋ
ਕੀਂਦੀ ਰਹਿੰਦੀ ਤੇ ਪਤੇ ਨੂੰ ਉਹਦਾ ਫਰੈਂਡ ਲੱਭ ਗਿਆ ਇੱਕ ਪਤੇ ਨੂੰ ਤੇਰੇ ਨਾਲ ਹੀ ਜਾਣਾ ਇਹਨੇ ਘਰ ਪਤੇ ਕਹਿੰਦਾ ਬੋਲਦਾ ਨਹੀਂ ਪਿਆ ਮੇਰੇ ਨਾਲ खड़े खेडो ना खड़े खेडो फ्रेंड्स ने देखो ये शिप्रा मैम के घर भी लग पे ने बाउल फाड़ के पते ये नहीं चकते है कि स्टार्ट हो जाते सो गाइस आ होमलैंड दा वेखो सारा बड़ा सोहनी सोसाइटी है होमलैंड ना थले पूल एरिया इन्हां दा जबरदस्त कैंट कैंट लोकेशन भी जगह वधिया ते बंदे भी थे कैंट कैंट ही ने काफ़ी सिंगर रेंदे मैनू पता नहीं हुण कौन कौन रेंदा जस्सी गिल भाजी दा पता मैनू शिप्रा गोयल मैम इन्हां दा पता है और बहुत काफ़ी सारे सिंगर रेंदे ने हुण बाकी का पता कड़ना पेगा अपन कौन कौन है बाकी बहुत सोहनी सोसाइटी घेंट है सो असी आए अज शिप्रा गोयल मैम के नाल कोलाबरेशन करन कोलैब है सीरत का शिप्रा गोयल मैम के नाल झूले तू सब जगह झूले ही लैन तरिया कर पते नूं कोई कम नहीं पंगा खिचिया का कोल्ड ड्रिंक दब के सो हुण आपां शिप्रा गोयल मैम के नाल बनावांगे रील्स बनानियां ने उन्हां दा नवा जिहड़ा सोंग आया उहदे ते मैं मरी अजे थले कोलैब कर रहे ने मुस्कान दे नाल ते तवलीन दे नाल विखाने तुहानू जूम करके आपां सो थले वैसटर्न ड्रैसेज कर रहे गुरसीरत दे नाल उन्होंने सूट इच ही करना आपां कहिआ वी सूट इच ही आ सो फिर तां कर लैण वैसटर्न इच फिर सूट वाला फिर करांगे आपां फतेह सीरत ने जिद फड़ ली कहते इतने नहाना है दसो भी साडा कोई अपना थोड़ी परसनल है चीज़ है ना बाकी अज असी होमलैंड पहुँच गए गाने गुने सुनते रही होमलैंड बारे है ना भी वेखो बड़ी घेंट सोसाइटी है बहुत जबरदस्त सिंगर तो पता नहीं हूँ बहुत सारे कहते रहते इतने सिंगर पता कर लाँ कौन कौन है बट मज़ा आया बहुत शानदार लोकेशन वेखो कि पूल बड़ा सोहना है फैसिलिटीज बड़िया ने है ना पर रेंट बहुत ज्यादा जो आप रेंट की गल करिए 50,000 मिनिमम होगा एक फ्लैट का आई थिंक 2 BHK या 3 BHK सो करोड़ एक एक करोड़ प्लस के फ्लैट ने पर है फैसिलिटी बहुत घेंट सानू किधर बाहर जाने की लोड़ को नहीं सारी चीज़ा इतने रेस्टोरेंट पूल ताड़ी पार्क ताड़ा जोन जेड़ा पते होर कोई ना आ रहा इतने तुसी नाना जेड़ा चलिए आपा फिर उठे सीधे कपड़े खराब हो जाए दूसरे कपड़े जो पाओगे उदो करियो इन्हें देखो दोवां नूं इह अपने कम्मां नूं ही लग गए ने पते कभी पूल कभी कहीं ट्रैम्पोलीन चढ़ना है कभी कुछ ट्रैम्पोलीन इन्होंने थोड़ा शायद बंद किया खोल लाँगे आप धक्का कर लेना आप मज़ा आ रहा बाकी शानदार घेंट जगह दिल लग गया दिल चित लग गया गेम प्ले हाँ प्ले वाले सारी गेम्स ने इतने बास्केट गाइज असी लै रहे पूरे मज़े अज होमलैंड दे शूट हो रहे ने अपनी मौज मस्ती
ਸੀਰਤ ਆਪਣੇ ਲੱਗੀ ਫਤਿਹ ਆਪਣੇ ਕਰੀ ਜਾਂਦਾ ਫਤਿਹ ਤੂੰ ਕਰਨਾ ਪਿਆ ਫਤਿਹ ਆਪਣੀਆਂ ਕਾਰਵਾਈਆਂ ਲੱਗਿਆ ਸ਼ਰਾਰਤੀ ਹੈ ਇਹਨੇ ਪੰਗੇ ਲੈਣੇ ਹੀ ਲੈਣੇ ਹੁੰਦੇ ਨੇ ਬਾਕੀ ਮੇਰਾ ਦਿਲ ਇੱਥੇ ਪੂਰਾ ਲੱਗ ਗਿਆ ਲੋਕੇਸ਼ਨ ਬਾਹਲੀ ਸੀਰਾ ਬਾਹਲਾ ਮਜ਼ਾ ਆ ਰਿਹਾ ਬਹੁਤ ਜ਼ਿਆਦਾ ਜ਼ਬਰਦਸਤ ਚੀਜ਼ ਹੈ ਬਾ ਇੱਦਾਂ ਦੀ ਲੋਕੇਸ਼ਨ ਹੋਏ ਤਾਂ ਇੰਜੋਏ ਕਰੋ ਲਾਈਫ ਨੂੰ ਦੱਬ ਕੇ ਗਾਈਜ਼ ਅੱਜ ਤੁਹਾਨੂੰ ਪਤਾ ਜਿੱਦਾਂ ਅਸੀਂ ਆਏ ਸੀ ਸ਼ਿਵਰਾ ਮੈਂਬਰਾਂ ਕੋਲ ਮੁਸਕਾਨ ਵੀ ਸਾਨੂੰ ਮਿਲੇ ਨੇ ਇੱਥੇ ਸੋ ਤਵਲੀਨ ਸਾਨੂੰ ਮਿਲ ਗਏ ਇੱਥੇ ਵਧੀਆ ਨੇਚਰ ਇਹਨਾਂ ਦਾ ਵੀ ਬਹੁਤ ਵਧੀਆ ਇਹਨਾਂ ਦੇ ਪੇਰੈਂਟਸ ਨਾਲ ਵੀ ਮੁਲਾਕਾਤ ਹੋਈ ਮਜ਼ਾ ਆ ਰਿਹਾ ਸੋ ਆਪਾਂ ਮਿਲੇ ਇਹਨਾਂ ਨੂੰ ਸਾਰੀ ਵਧੀਆ ਨੇਚਰ ਸਭ ਦਾ ਵਧੀਆ ਹੈ ਨਾ ਸੋ ਹੁਣ ਇਹ ਆਪਸ ਵਿੱਚ ਛੂਟ ਛਾਟ ਕਰ ਰਹੀਆਂ ਕੁੜੀਆਂ ਮਿਲ ਕੇ ਇੰਜੋਏ ਕਰਨ ਦੇ ਆ ਗਏ ਜੀ ਇੱਕ ਮਿੰਟ ਆ ਗਏ ਸੋ ਹੁਣ ਸ਼ਿਵਰਾ ਮੈਮ ਨਾਲ ਆਪਾਂ ਆਪਣਾ ਕਰਨ ਲੱਗੇ ਹਾਂ ਸ਼ੁਰੂ ਸੀਰਤ ਦਾ ਜਿਹੜਾ ਸ਼ੂਟ ਆ ਹੈ ਨਾ ਕਰਦੇ ਹਾਂ ਆਪਾਂ ਸਟੂਡੀਓ 'ਚ ਕਿਉਂਕਿ ਇਹਨਾਂ ਨੇ ਦੋਵਾਂ ਨੇ ਸੂਟ ਪਾ ਕੇ ਡਾਂਸ ਵਾਲੀ ਕਰਨੀ ਆ ਸੋ ਆਪਾਂ ਕਰਦੇ ਹਾਂ ਗਾਈਜ਼ ਆ ਜਾਓ ਵਿਖਾਉਂਦੇ ਹਾਂ ਤੁਹਾਨੂੰ ਡਾਂਸ ਦੀ ਪ੍ਰੈਕਟਿਸ ਚੱਲ ਰਹੀ ਪਹਿਲਾਂ ਮੈਮ ਕਹਿੰਦੇ ਸਾਨੂੰ ਸਟੈਪ ਸਿਖਾਓ ਕਿਹੜੀ ਕਿਹੜਾ ਕਿਵੇਂ ਕਿਵੇਂ ਕਰਨਾ ਹੁਣ ਸੀਰਤ ਦੱਸ ਰਹੀ ਆ ਸੀਰਤ ਅਤੇ ਸੀਰਤ ਦੀ ਮੰਮਾ ਦੱਸ ਰਿਹਾ ਵੀ ਕਿਵੇਂ ਕਰਨਾ ਸਟੈਪ ਹੁਣ ਫਿਰ ਉਹਨਾਂ ਦੀ ਪਹਿਲਾਂ ਪ੍ਰੈਕਟਿਸ ਹੋਏਗੀ ਫਿਰ ਉਸ ਤੋਂ ਬਾਅਦ ਇਹਨਾਂ ਦਾ ਜਿਹੜੀ ਰੀਲ ਹੈ ਉਹ ਬਣੇਗੀ ਨਹੀਂ ਨਹੀਂ ਕਰੋ ਠੀਕ ਹੈ ਉਹ ਆ ਜਾਣਾ ਫਿਰ ਹਾਂ ਜਿਹੜੇ ਈਜ਼ੀ ਵਾਲੇ ਨੇ ਨਾ ਉਹ ਕਰ ਲਓ ਨਾ ਜਿਹੜੇ ਸੀ ਮੈਮ ਨੂੰ ਈਜ਼ੀਲੀ ਹੋ ਜਾਣ ਹਾਂ ਇੱਦਾਂ ਠੀਕ ਨੇ ਥੋੜ੍ਹਾ ਜਿਹਾ ਗਿੱਧਾ ਥੋੜ੍ਹਾ ਲਿਪਸਿੰਗ ਕਰਕੇ ਅਤੇ ਇੱਦਾਂ ਕਰ ਲਓ ਜਿੱਦਾਂ ਤੁਹਾਨੂੰ ਪਤਾ ਹੀ ਆ ਆਪਾਂ ਆਏ ਸੀ ਅੱਜ ਸ਼ਿਪਰਾ ਗੋਇਲ ਮੈਮ ਹੋਰਾਂ ਕੋਲ ਸੋ ਪਹੁੰਚ ਚੁੱਕੇ ਆਪਾਂ ਮੈਮ ਕੋਲ ਥੈਂਕ ਯੂ ਸੋ ਮੱਚ ਮੈਮ ਧੰਨਵਾਦ ਤੁਹਾਡਾ ਬੜੀ ਬੜੀ ਮਿਹਰਬਾਨੀ ਤੁਸੀਂ ਮੌਕਾ ਦਿੱਤਾ ਸਾਨੂੰ ਗੁਰਸੀਰਤ ਨੂੰ ਆਪਣੇ ਨਾਲ ਪਰਫੋਰਮ ਕਰਨ ਦਾ ਗੁਰਸੀਰਤ ਬਹੁਤ ਹੀ ਟੈਲੈਂਟਡ ਹੈ ਤੇ ਇਹਦੀ ਇਹਦੀ ਵੀਡੀਓਜ਼ ਤਾਂ ਮੈਂ ਦੇਖਦੀ ਰਹਿੰਦੀ ਹਾਂ ਆਈ ਡੋਂਟ ਕੇਅਰ ਤੇ ਵੀ ਬਹੁਤ ਸੋਹਣੀ ਵੀਡੀਓ ਬਣਾਈ ਸੀ ਐਂਡ ਆਈ ਵਿਸ਼ ਯੂ ਆਲ ਦਾ ਬੈਸਟ ਫੋਰ ਫਿਊਚਰ ਕਿਉਂਕਿ ਸਾਡੇ ਪੰਜਾਬ ਨੂੰ ਪੰਜਾਬੀ ਇੰਡਸਟਰੀ ਨੂੰ ਲੋੜ ਹੈ ਇੱਦਾਂ ਦੀ ਕੁੜੀਆਂ ਦੀ ਤੇ ਇੱਦਾਂ ਦੀ ਪੇਰੈਂਟਸ ਦੀ ਜਿਹੜੀ ਕੁੜੀਆਂ ਨੂੰ ਇੰਨਾ ਸਪੋਰਟ ਕਰਦੇ ਆ ਤੇ ਅੱਗੇ ਵਧਾਉਂਦੇ ਆ ਤੇ ਥੈਂਕ ਯੂ ਸੋ ਮੱਚ ਮੈਮ ਬੜਾ ਚੰਗਾ ਲੱਗਾ ਹੈ ਨਾ ਤੁਹਾਡੇ ਨਾਲ ਮਿਲ ਕੇ ਨੇਚਰ ਬਹੁਤ ਵਧੀਆ ਤੁਹਾਡਾ ਜਿੰਨੀ ਮਿੱਠੀ ਅਤੇ ਸੋਹਣੀ ਤੁਹਾਡੀ ਆਵਾਜ਼ ਆ ਓਨਾ ਹੀ ਵਧੀਆ ਤੁਹਾਡਾ ਨੇਚਰ ਆ ਸੋ ਗਾਈਜ਼ ਆਪਾਂ ਮੈਮ ਦੇ ਗਾਣੇ ਦਾ ਸੌਂਗ ਦਾ ਥੱਲੇ ਡਿਸਕ੍ਰਿਪਸ਼ਨ 'ਚ ਵੀ ਲਿੰਕ ਦੇਵਾਂਗੇ ਹੈ ਨਾ ਤੁਹਾਨੂੰ ਪਤਾ ਹੀ ਸੁਣਦੇ ਸਾਰੀਆਂ ਤੁਸੀਂ ਗਾਣੇ ਮੈਮ ਦੇ ਗਾਣੇ ਘੈਂਟ ਘੈਂਟ ਖਾਣ ਭੈਣ ਭਾਅ ਜੀ ਹੋਰਾਂ ਨਾਲ ਵੀ ਅਰਜਨ ਢਿੱਲੋਂ ਨਾਲ ਵੀ ਹੁਣ ਜਿਹੜਾ ਸੌਂਗ ਆ ਸਾਰੀ ਮੈਮ ਦੇ ਇੱਕ ਤੋਂ ਇੱਕ ਸੌਂਗ ਆ ਘੈਂਟ ਮਜ਼ਾ ਆਉਂਦਾ ਹੈ ਨਾ ਬੜੀ ਸੋਹਣੀ ਆਵਾਜ਼ ਆ ਮੈਮ ਦੀ ਸੋ ਗਾਈਜ਼ ਤੁਸੀਂ ਵੀ ਜਲਦੀ ਜਲਦੀ ਹਾਂ ਕੋਕੇ ਹਿੱਟ ਪੂਰਾ ਗਾਣਾ ਇਸ ਟਾਈਮ ਪੂਰਾ ਚੱਲ ਰਿਹਾ ਪਤਾ ਹੀ ਤੁਸੀਂ ਸਾਰੇ ਸੁਣ ਹੀ ਰਹੇ ਹੋ ਪਰ ਸਾਡੇ ਕਹਿਣ ਦੀ ਕੋਈ ਲੋੜ ਹਾਂ ਸ਼ੋਰ ਸ਼ੋਰ ਗਾਈਜ਼ ਸੋ ਮੈਮ ਥੈਂਕ ਯੂ ਸੋ ਮੱਚ ਧੰਨਵਾਦ ਬਹੁਤ ਵਧੀਆ ਲੱਗਿਆ ਜੀ ਮੈਮ ਵਾਰ ਵਾਰ ਸਟੈਪ ਭੁੱਲ ਜਾਂਦੇ ਆ ਕਿਉਂਕਿ ਔਖਾ ਹੁੰਦਾ ਹੈ ਨਾ ਜੇ ਸੀਰਤ ਨੂੰ ਚਲੋ ਗਿੱਧਾ ਕਰਨਾ ਹੁੰਦਾ ਸੋ ਪਰਫੈਕਟਲੀ ਕਰ ਲੈਂਦੀ ਆ ਸੋ ਮੈਮ ਕਹਿੰਦੇ ਮੈਂ ਘੱਟ ਹੀ ਟਰਾਈ ਕਰਦੀ ਹਾਂ ਕਦੀ ਪਰ ਗੁਰਸੀਰਤ ਨੂੰ ਕਹਿੰਦੇ ਮੈਨੂੰ ਸਿਖਾ ਪਹਿਲਾਂ ਵੀ ਕਿੱਦਾਂ ਕਿੱਦਾਂ ਕਰਨੇ ਫਿਰ ਗੁਰਸੀਰਤ ਦੀ ਮੰਮਾ ਦੱਸ ਰਹੇ ਇਹਨਾਂ ਨੂੰ ਹੈ ਨਾ ਵੀ ਤੁਸੀਂ ਇੱਦਾਂ ਇੱਦਾਂ ਕਰੋ ਪਰ ਉਹ ਫਿਰ ਕਨਫਿਊਜ਼ਨ ਥੋੜ੍ਹੀ ਜਿਹੀ ਬੀਟ ਅੱਗੇ ਪਿੱਛੇ ਹੋ ਜਾਂਦੀ ਹੈ ਸੋ ਉਹਦੇ 'ਚ ਥੋੜ੍ਹੀ ਬਹੁਤੀ ਪ੍ਰੋਬਲਮ ਆ ਰਹੀ ਅਦਰਵਾਈਜ਼ ਵਧੀਆ ਕਰ ਲਿਆ ਉੱਦਾਂ ਵੀ 4-5 ਵਾਰੀ ਪ੍ਰੈਕਟਿਸ ਕਰਕੇ ਬਹੁਤ ਸੋਹਣਾ ਹੋ ਗਿਆ ਸਾਡੇ ਕੋਰੀਓਗ੍ਰਾਫਰ ਸਾਹਿਬ ਪੂਰੇ ਖੁਸ਼ ਹੋ ਰਹੇ ਨੇ ਪੂਰੀ ਕੋਰੀਓਗ੍ਰਾਫੀ ਛਾਈ ਵੀ ਇਹਨਾਂ ਦੀ ਉਹ ਮੈਂ ਮਰੀ ਕਹਿੰਦੇ ਵੀ ਦੱਸੋ ਸਾਨੂੰ ਕਿੱਦਾਂ ਕਿੱਦਾਂ ਸਟੈਪ ਸੋ ਪਹਿਲਾਂ ਕਰਦੇ ਹੋ ਫਿਰ ਉਹ ਬੀਟ ਜਦੋਂ ਸ਼ੁਰੂ ਹੁੰਦਾ ਨਾ ਉਹ ਬੀਟ ਮਿਸ ਹੋ ਜਾਂਦੀ ਹੈ ਅਤੇ ਤਾਂ ਕਰਕੇ ਥੋੜ੍ਹੀ ਜਿਹੀ ਕਿਉਂਕਿ ਜਿਹੜੀ ਸਟਾਰਟਿੰਗ ਹੈ ਸਟਾਰਟਿੰਗ 'ਚ ਥੋੜ੍ਹੀ ਜਿਹੀ ਗੜਬੜ ਹੁੰਦੀ ਸੀ ਬਸ ਇੱਕ ਵਾਰੀ ਬੀਟ ਫੜੀ ਜਾਏ ਇਹਨੂੰ ਵੇਖੋ ਆਹ ਜਿੰਮ ਲੱਗਿਆ ਮਾਰੋ ਮਾਰੇ ਨਾਲ ਸਟੂਡੀਓ ਉੱਤੇ ਹੀ ਜਿੰਮ ਹੈ ਸੋ ਉਹਦੇ 'ਚ ਲੱਗਿਆ ਉਹ ਆਪਣੀਆਂ ਕਦੀ ਐਕਸਰਸਾਈਜ਼ ਕੋਈ ਕਰਦਾ ਕਦੀ ਕੋਈ ਕਰਦਾ ਪਹਿਲਾਂ ਵੀ ਬਣਾਈ ਇੱਕ ਰੀਲ ਫਿਰ ਦੁਬਾਰਾ ਫਿਰ ਬਣਾਈ ਦੁਬਾਰਾ ਫਿਰ 3 ਵਾਰੀ ਰੀਲ ਬਣਾਈ ਵੀ ਜਿਹੜੀ ਇਹਨਾਂ 'ਚੋਂ ਬੈਸਟ ਹੋਏਗੀ ਵੀ ਉਹੀ ਰੱਖ ਲਵਾਂਗੇ ਜਿਹੜੀ ਘੈਂਟ ਹੋਈ ਆ ਘੈਂਟ ਬਣ ਗਈ ਆ ਵਾਲੀ ਬਹੁਤ ਵਧੀਆ ਕੋਰੀਓਗ੍ਰਾਫਰ ਸਾਹਿਬ ਅਤੇ ਫਿਰ ਸਾਡੇ
ਪੂਰੇ ਨਜ਼ਰਾਂ ਗਡਾਈਆਂ ਨੇ ਪੂਰੀਆਂ ਬਈ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਸਟੈਪ 'ਚ ਜਿੱਥੇ ਵੀ ਗਲਤੀ ਹੁੰਦੀ ਸੀ ਫਿਰ ਉੱਥੇ ਹੀ ਸਟੋਪ ਵੀ ਦੁਬਾਰਾ ਕਰੋ ਸੋ ਆਹ ਫਾਈਨਲੀ ਬਹੁਤ ਸੋਹਣਾ ਹੋ ਗਿਆ ਸੀ ਇਹ ਵਾਲਾ ਵੀ ਸੋ ਨੈਕਸਟ ਸੀ ਜਿਹੜੀ ਉਹ ਵੀ ਬੜੀ ਸੋਹਣੀ ਬਣ ਗਈ ਸੀ ਦੋ ਤਿੰਨ ਬਣਾਈਆਂ ਨੇ ਹੁਣ ਵੇਹਨੇ ਇਹਨਾਂ 'ਚ ਅਪਲੋਡ ਕਿਹੜੀ ਕਰਨੀ ਆ ਜਿੱਦਾਂ ਕਹਿਣਗੇ ਮੈਂ ਅਮਰ ਨੂੰ ਜਿਹੜੀ ਠੀਕ ਲੱਗੇਗੀ ਉਹ ਅਪਲੋਡ ਕਰ ਦੇਣਗੇ ਉਹ ਵੇਹਦਾ ਸੀ ਤੈਨੂੰ ਕੋਲ ਕੋਲ ਜਾ ਕੇ ਮਿਲਿਆ ਸੀ ਆ ਜਾਓ ਆ ਜਾ ਅੱਜ ਚੱਲੇ ਅਸੀਂ ਬਾਏ ਆ ਜਾ ਜਲਦੀ ਆ ਜਾ ਆ ਜਾ ਉਹਨੂੰ ਪਰਮਿਸ਼ਨ ਚਾਹੀਦੀ ਪਹਿਲਾਂ ਤਾਂ ਹੈਗਾ ਐਵੇਂ ਨਹੀਂ ਹੁੰਦਾ ਆ ਜਾਓ ਖੇਡਾਂ ਮੈਨੂੰ ਨਾਲ ਬਾਏ ਕਰੋ ਚਲੋ ਚਲੋ ਅੱਜ ਬਾਏ 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 ਗਾਈਜ਼ ਹੁਣ ਅਸੀਂ ਹੋ ਚੁੱਕੇ ਹਾਂ ਫ੍ਰੀ ਤੇ ਟਾਈਮ ਹੋ ਗਿਆ 8:30 ਦਾ ਬਹੁਤ ਲੇਟ ਹੋ ਗਿਆ ਆਪਾਂ ਦੋ ਜਗ੍ਹਾ ਹੋਰ ਵੀ ਜਾਣਾ ਸੀ ਆਪਾਂ ਸੋ ਕਾਫੀ ਲੇਟ ਹੋ ਗਿਆ ਹੁਣ ਅਸੀਂ ਇੱਧਰੋਂ ਬਨੂੜ ਸਾਈਡ ਤੋਂ ਜਾ ਰਹੇ ਸੀ ਮੋਹਾਲੀ ਵੱਲੋਂ ਮੋਹਾਲੀ ਤੋਂ ਆਏ ਅਤੇ ਰਸਤੇ 'ਚ ਹੁਣ ਆਪਾਂ ਆਪਣੇ ਸਨੈਪੀ ਨੂੰ ਲੈਣਾ ਸਨੈਪੀ ਤੁਹਾਨੂੰ ਸ਼ਾਇਦ ਦੱਸਿਆ ਨਹੀਂ ਆਪਾਂ ਹੈ ਨਾ ਸਨੈਪੀ ਪਿਛਲੇ 7-8 ਦਿਨ ਤੋਂ ਆਪਣੇ ਮਾਮਿਆਂ ਪਿੰਡ ਆਇਆ ਹੋਇਆ ਸੀ ਘੁੰਮਣ ਕਿਉਂਕਿ ਉਹਦੇ ਸੀਰਤ ਦੇ ਮਾਮੇ ਰੀ ਆਏ ਸਨ ਅਤੇ ਉਹ ਲੈ ਗਏ ਸਨ ਕਹਿੰਦੇ ਨੇ ਵੀ ਅਸੀਂ 5-7-10 ਦਿਨ ਰੱਖਾਂਗੇ ਸਨੈਪੀ ਨੂੰ ਸੋ ਸਨੈਪੀ ਦਾ ਦਿਲ ਨਹੀਂ ਲੱਗ ਰਿਹਾ ਆਈ ਥਿੰਕ ਸਾਡੇ ਬਿਨਾਂ ਬਾਕੀ ਪਿਆਰ ਤਾਂ ਉੱਥੇ ਮੌਜ ਮਸਤੀ ਕਰ ਰਿਹਾ ਉਹ ਜਾਂ ਬਟ ਆਪਾਂ ਲੈ ਚੱਲੇ ਹੁਣ ਅੱਜ ਉਹਨੂੰ ਫੋਨ ਕੀਤਾ ਵੀ ਸਾਨੂੰ ਫੜਾ ਕੇ ਜਾਓ ਰਸਤੇ 'ਚ ਹੀ ਕਿਉਂਕਿ ਇਹਨਾਂ ਦਾ ਜਿਹੜਾ ਟੋਲ ਟੈਕਸ ਅਤੇ ਸ਼ੰਭੂ ਬੋਰਡਰ ਵਾਲਾ ਅੰਬਾਲੇ ਦੇ ਕੋਲ ਉੱਥੇ ਉਹ ਇਹਨਾਂ ਦਾ ਪਿੰਡ ਥੋੜ੍ਹੀ ਦੂਰ ਇੱਥੋਂ ਥੋੜ੍ਹੀ ਦੂਰ ਹੈ ਬਸ ਸੋ ਇਹਨਾਂ ਦਾ ਸਿਰ ਧਰਾਂ ਦਾ ਮਾਮਾ ਹੁਣ ਲੈ ਕੇ ਆਏਗਾ ਉਹਨੂੰ ਸਨੈਪੀ ਨੂੰ ਸੋ ਆਪਾਂ ਬੜੇ ਐਕਸਾਈਟਿਡ ਹਾਂ ਸੱਚੀ ਦੱਸਾਂ ਸਾਡਾ ਵੀ ਦਿਲ ਨਹੀਂ ਲੱਗ ਰਿਹਾ ਸੀ ਸਨੈਪੀ ਬਿਨਾਂ ਦੇ ਤਾਂ ਦਿੱਤਾ ਸੀ ਆਪਾਂ ਉੱਦਣ ਇਹਨਾਂ ਨੂੰ ਬੱਚਿਆਂ ਦਾ ਵੀ ਨਹੀਂ ਲੱਗ ਰਿਹਾ ਅਤੇ ਸਾਡਾ ਵੀ ਕਿਸੇ ਦਾ ਨਹੀਂ ਲੱਗ ਰਿਹਾ ਕਿਉਂਕਿ ਉਹ ਆਪਣਾ ਇੱਕ ਕਿਸਮ ਦਾ ਆਪਣਾ ਫੈਮਿਲੀ ਮੈਂਬਰ ਹੈ ਹੈ ਨਾ ਬੱਚੇ ਦੱਸੋ ਫਿਰ ਲੈ ਕੇ ਜਾਣਾ ਕਿ ਨਹੀਂ ਹਾਂਜੀ ਹਾਂਜੀ ਪੱਕਾ 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 ਆ ਦੇਖੋ ਫਰੈਂਡਸ ਇਹਨਾਂ ਨੂੰ ਦੇਖੋ ਪਹਿਲਾਂ ਚੰਗੀ ਤਰ੍ਹਾਂ ਇਹ ਗੱਡੀ ਦਾ ਇਹਨਾਂ ਨੇ ਆਹ ਹਾਲ ਕੀਤਾ ਪਿਆ ਮੈਂ ਤੁਹਾਨੂੰ ਵੀਡੀਓ ਵੀ ਨਹੀਂ ਬਣਾਈ ਜਾ ਰਹੀ ਸੀਰਤ ਬੇਹੋਸ਼ ਪਈ ਹੈ ਅਤੇ ਫਤਿਹ ਨੂੰ ਦੇਖੋ ਸਾਡਾ ਮਿੱਠੂ ਤੇ ਆ ਗਿਆ ਹਾਂਜੀ ਸਪੈਸ਼ਲ ਆਏ ਨੇ ਛੱਡਣ ਦੋਵੇਂ ਜਣੇ ਲਵਲੀ ਤੇ ਸਿਮਰਨ ਥੈਂਕ ਯੂ ਸੋ ਮਚ ਤੁਹਾਡਾ ਤੁਸੀਂ ਇਹਦਾ ਪਿਆਰ ਪਿਓ ਬਾਈ ਇਹਦਾ ਕੋਈ 5-7 ਹਜ਼ਾਰ ਰੁਪਇਆ ਪਿਆਰ ਹੀ ਤਾਂ ਬਣਦਾ ਬਾਈ ਇਹਨੂੰ ਕੱਪੜੇ ਲੈ ਦਿੰਦੇ ਹੈ ਮਾਮਿਆਂ ਕੋਲ ਆਇਆ ਵਿਚਾਰੇ ਨੂੰ ਕੋਈ ਕੱਪੜਾ ਲੱਤਾ ਕੋਈ ਜੁੱਤੇ ਚੱਪਲਾਂ ਕੁਰੀਅਰ ਕਰਾ ਕੋਈ ਪਿਆਰ ਕੁਛ ਨਾ ਕੁਛ ਤਾਂ ਬਣਦਾ ਇਹਦਾ ਚਲ ਆਪਾਂ ਵੀ ਇੱਕੋ ਦਮ ਹੀ ਆ ਗਿਆ ਲੈਣ ਲਈ ਕੋਈ ਗੱਲ ਨਹੀਂ ਉੱਥੇ ਲਵਲੀ ਉੱਥੇ ਨਾ ਸ਼ਿਪਰਾ ਗੋਇਲ ਦਾ ਅਸੀਂ ਡੋਗੀ ਉਹ ਤੇ ਇੰਨਾ ਕਿਊਟ ਇੰਨਾ ਪਿਆਰਾ ਉਹ ਬੱਚਿਆਂ ਨੂੰ ਦੂਰ ਜਾਵੇ ਨਾ ਇਹ ਤੇ ਬਹੁਤ ਇੰਨਾ ਕਿਊਟ ਹੈ ਨਾ ਤੇ ਇੰਨਾ ਸ਼ਰੀਫ ਹੈ ਮਤਲਬ ਕਿ ਸਹੀ ਗੱਲ ਕਹਿੰਦਾ ਭਾਜੀ ਇਹ ਬੰਦਾ ਬਣ ਗਿਆ ਹੁਣ ਆਪਾਂ ਸਨੈਪੀ ਨੂੰ ਵੀ ਬਿਠਾ ਲਿਆ ਤੇ ਹੁਣ ਗਾਇਜ਼ ਆਪਾਂ ਚੱਲਨੇ ਆ ਘਰ ਹੁਣ ਲੇਟ ਹੋ ਚੁੱਕਿਆ ਸਾ 9 ਵੱਜਣ ਵਾਲੇ ਨੇ ਅੱਜ ਬੜਾ ਮਜ਼ਾ ਆਇਆ ਸਵੇਰੇ ਇਹਨਾਂ ਨੇ ਸਕੂਲੇ ਵੀ ਜਾਣਾ ਹਾਂ ਸੋ ਬੜਾ ਮਜ਼ਾ ਆਇਆ ਅੱਜ ਸ਼ਿਪਰਾ ਗੋਇਲ ਮੈਮ ਨੂੰ ਮਿਲੇ ਬੜਾ ਬੜਾ ਇੰਜੋਏ ਕੀਤਾ ਸੋ ਬੜਾ ਇੰਟਰਸਟਿੰਗ ਦਿਨ ਸੀ ਸਾਡਾ ਬਹੁਤ ਸੋਹਣਾ ਦਿਨ ਗਿਆ ਅੱਜ ਬੜਾ ਵਧੀਆ ਮਜ਼ਾ ਆਇਆ ਫਿਰ ਆਪਾਂ 2-4 ਦਿਨਾਂ ਨੂੰ ਫਿਰ ਚੰਡੀਗੜ੍ਹ ਨੂੰ ਵੀ ਜਲਦੀ ਆਵਾਂਗੇ ਫਿਰ ਆਪਾਂ ਕੁਛ ਕਰਾਂਗੇ ਕੁਛ ਡਿਫਰੈਂਟ ਸਮਥਿੰਗ ਹੈ ਨਾ ਸੋ ਗਾਈਜ਼ ਦੱਸਿਆ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਸ਼ਿਪਰਾ ਗੋਇਲ ਮੈਮ ਨਾਲ ਮਿਲੇ ਅਸੀਂ ਤੁਹਾਨੂੰ ਕਿੱਦਾਂ ਦਾ ਲੱਗਿਆ ਤੁਹਾਨੂੰ ਕਿੱਦਾਂ ਦੀ ਫੀਲਿੰਗ ਆਈ ਕਮੈਂਟ ਜ਼ਰੂਰ ਕਰਿਓ ਗਾਈਜ਼ ਤੁਸੀਂ ਕਮੈਂਟ ਕਰਕੇ ਜ਼ਰੂਰ ਸਾਰਿਆਂ ਨੇ ਦੱਸਣਾ ਪਿੱਛੇ ਪਿੱਛੇ ਕਰੋ ਪਿੱਛੇ ਚਲੋ ਬਸ ਛੱਡੋ ਇਹਨੂੰ ਬੱਚੇ ਆਰਾਮ ਨਾਲ ਬਿਠਾ ਲਓ ਥੱਲੇ ਬਸ
ਸੋ ਗਾਇਸ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੰਨਾ ਫੀਲ ਹੋਇਆ ਤੇ ਜਦੋਂ ਅਸੀਂ ਸੈਲੀਬ੍ਰੇਟ ਨਾਲ ਮਿਲਨੇ ਆ ਸਾਨੂੰ ਬੜਾ ਵਧੀਆ ਫੀਲ ਹੁੰਦਾ ਤੁਹਾਨੂੰ ਕਿੱਦਾਂ ਦਾ ਲੱਗਿਆ ਸੀਰਤ ਦਾ ਅੱਜ ਸ਼ਿਪਰਾ ਗੋਇਲ ਮੈਮ ਦੇ ਨਾਲ ਕਲੈਬ ਸੀਗਾ ਸੋ ਕਮੈਂਟ ਜਰੂਰ ਕਰਨੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਲਾਈਕ ਜਰੂਰ ਕਰਿਆ ਕਰੋ ਵੀਡੀਓ ਨੂੰ ਜਿੰਨੇ ਵੀ ਤੁਸੀਂ ਵੇਖਦੇ ਹੋ ਪਲੀਜ਼ ਰਿਕਵੈਸਟ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਵੀਡੀਓਜ਼ ਨੂੰ ਚੈਨਲ ਨੂੰ ਜਿੰਨੇ ਸਬਸਕ੍ਰਾਈਬ ਨਹੀਂ ਕੀਤਾ ਜਿਹੜੇ ਨਵੇਂ ਹੋ ਚੈਨਲ ਤੇ ਆ ਜਿੰਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਸੋ ਮਿਲਦੇ ਆ ਆਪਾਂ ਗਾਇਸ ਤੁਹਾਨੂੰ ਨੈਕਸਟ ਵੀਡੀਓ ਥੈਂਕ ਫੋਰ ਵਾਚਿੰਗ ਲਵ ਯੂ ਟੇਕ ਕੇਅਰ ਗੁੱਡ ਨਾਈਟ ਬਾਏ 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 ਕਰ ਦੋ ਸਾਰੇ ਬਾਏ 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 ਸਨੈਪੀ ਬਾਏ ਬਾਏ ਕਰ ਦੋ ਬਾਏ ਬਾਏ ਕਰੋ ਬਾਏ ਬਾਏ ਗਾਇਸ ਲਵ ਯੂ ਟੇਕ ਕੇਅਰ ਬਾਏ ਬਾਏ